ਚਈ ਸ਼ੁਰੂ ਕਰਦੇ ਆ ਅੱਜ ਕੱਲ ਲੋਕ ਸ਼ੁਰੂ ਕਰਦੇ ਆ ਮੀਨ ਆ ਵੇਖ ਸਕਦੇ ਤੁਸੀਂ ਆ ਜਿਹੜਾ ਆ ਬੱਚਾ ਫਿਰਦਾ ਇੱਕ ਚਾਲ ਪਾਈ ਨਹੀਂ ਸੀ ਉਹ ਕਸਾਉਣ ਲਈ ਚਲੋ ਵੇਖਦੇ ਆ ਕਿ ਉਹਨੇ ਹੁਣ ਚਾਰ ਪਾਈ ਲਈ ਆ ਜਾਂ ਨਹੀਂ ਆ ਵੇਖੋ ਉਹ ਦੇਖੋ ਸਾਹਮਣੇ ਸੁੱਤਾ ਪਿਆ ਉਹੀ ਮਾਲਕ ਉਸ ਜ਼ਮੀਨ ਤੇ ਟਿਊਵਲ ਤੇ ਉਹ ਚਾਰ ਪਾਈ ਨਾਲ ਆਈ ਤੇ ਗਰੀਬ ਮਾਲਕ ਵੀ ਅਮੀਰ ਬਣੇ ਆ ਮਾਲਕ ਉੱਠ ਗਿਆ ਹੈਲੋ ਉੱਤੇ ਖੜੀ ਇਹ ਮਕਈ ਆ ਆ ਵੇਖੋ ਭਾਈਆਂ ਨੇ ਆ ਮਕਈ ਵੀ ਦੀ ਹੈ ਇੱਥੇ ਵੇਖ ਸਕਦੇ ਹੋ ਪਰੇ ਆਈਓ ਇੱਕ ਹਾਂ ਵੇਖੋ ਆ ਭਾਈ ਦੀ ਆ ਇੱਥੋਂ ਅੱਗੇ ਤੱਕ ਉਹ ਜ਼ਮੀਨ ਆ ਚਈ ਸ਼ੁਰੂ ਕਰਦੇ ਆ ਅੱਜ ਕੱਲ੍ਹ ਲੋਕ ਸ਼ੁਰੂ ਕਰਦੇ ਆ ਕੱਲ੍ਹ ਤੁਹਾਨੂੰ ਪਤਾ ਕੱਲ੍ਹ ਦੇ ਲੋਕ ਜਸੀਂ ਟਿਊਵੈਲ 'ਤੇ ਨਹਾਉਣ ਗਏ ਸੀ ਅਤੇ ਉਹਦੇ ਮਾਲਕ ਕੋਲੋਂ ਨਾਲ ਥੋੜ੍ਹੀ ਗੱਲਾਂ ਗੁੱਲਾਂ ਕੀਤੀਆਂ ਸੀ ਚਲੀਏ ਉਹੀ ਮਾਲਕ ਦੀ ਨਾ ਇੱਥੇ ਹੀ ਜ਼ਮੀਨ ਆ ਵੇਖ ਸਕਦੇ ਤੁਸੀਂ ਆ ਜਿਹੜਾ ਆ ਬੱਚਾ ਫਿਰਦਾ ਇੱਕ ਹਾਏ ਬੱਚੇ ਕੀ ਕਰਦਾ ਵਾ ਇਹ ਬੱਚੇ ਆਹ ਤੁਸੀਂ ਜ਼ਮੀਨ ਵੇਖ ਸਕਦੇ ਹੋ ਇਹ ਆਹ ਵੇਖੋ ਇੱਥੋਂ ਸ਼ੁਰੂ ਹੁੰਦਾ ਹੀ ਆ ਉਸੇ ਦੀ ਉਹ ਉਹਦਾ ਘਾਹ ਵੀ ਜਿਹਾ ਵਾ ਸਾਰਾ ਜ਼ਮੀਨ ਉਸੇ ਦੀ ਆ ਆਹ ਵੇਖ ਸਕਦੇ ਹੋ ਕਮਾਨ ਕੱਢਿਆ ਉਹਨੇ ਇੱਥੇ ਅਤੇ ਉਹਨੇ ਮੰਜੀ ਨਹੀਂ ਸੀ ਚਾਲ ਪਾਈ ਨਹੀਂ ਸੀ ਉਹ ਕਸਾਉਣ ਲਈ ਚਲੋ ਵੇਖਦੇ ਹਾਂ ਕਿ ਉਹਨੇ ਹੁਣ ਚਾਰ ਪਾਈ ਲਈ ਆ ਜਾਂ ਨਹੀਂ ਆ ਵੇਖੋ ਆਹ ਜ਼ਮੀਨ ਚੱਕ ਕੇ ਉਹ ਅੱਗੇ ਤੱਕ ਉਸੇ ਦੀ ਜ਼ਮੀਨ ਆ ਆਹ ਵੇਖੋ ਅਤੇ ਚਲੀਏ ਉਹਦੇ ਕੋਲ ਪੁੱਛਦੇ ਹਾਂ ਕਾਹਦੇ ਕਾਹਦੇ ਬੂਟੇ ਲਾਏ ਇਹ ਆ ਉਹਨੇ ਉਹ ਸਾਹਮਣੇ ਸੁੱਤਾ ਪਿਆ ਉਹ ਦੇਖੋ ਸਾਹਮਣੇ ਸੁੱਤਾ ਪਿਆ ਉਹੀ ਮਾਲਕ ਉਸ ਜ਼ਮੀਨ 'ਤੇ ਟਿਊਵੈਲ 'ਤੇ ਉਹ ਕੋਲ ਚਾਰ ਪਾਈ ਵੀ ਨਹੀਂ ਹੈ ਸੌਣ ਲਈ ਪਲੇਟਾਂ ਦੇ ਥੱਲੇ ਸੁੱਤਾ ਹੁੰਦਾ ਵਾ ਪਰ ਅੱਜ ਤਾਂ ਕੁਰਸੀ ਵੀ ਤੇ ਵੇਖੋ ਮੰਜੀ ਵੀ ਛਾਂ ਬਣਾ ਕੇ ਸੁੱਤਾ ਟੋਰਾਂ ਨਾਲ ਆਈ ਤੇ ਗਰੀਬ ਮਾਲਕ ਵੀ ਅਮੀਰ ਬਣਿਆ ਅੱਜ ਤੇ ਚੈੱਕ ਕਰੋ ਤੁਸੀਂ ਸ਼ਕਲ ਚੈੱਕ ਕਰੋ ਜਿਵੇਂ ਮਕੋੜਾ ਹੁੰਦਾ ਹੱਸ ਹੱਸਦਾ ਪਿਆ ਭਾਈ ਸ਼ਕਲ ਚੈੱਕ ਕਰੋ ਜਿਵੇਂ ਮਕੋੜਾ ਹੁੰਦਾ ਤੁਹਾਨੂੰ ਇੱਕ ਸ਼ਾਇਦ ਹੋਣਾ ਆਹ ਵੇਖੋ ਆਹ ਇੱਕ ਘਾਹ ਦਾ ਟੁਕੜਾ ਲਿਆ ਥੋੜ੍ਹੀ ਜਿਹੀ ਮਸਤੀ ਕਰਦੇ ਆ ਮਾਲਕ ਸੇ ਹੈਲੋ 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 ਆ ਮਾਲਕ ਉੱਠ ਗਿਆ ਹੈਲੋ ਉੱਤੇ ਖੜੀ ਹੋਈਓ ਮੈਨੂੰ ਉੱਤੇ ਖੜਾ ਕਰਦੇ ਆ ਇੱਥੇ ਬਹੁਤ ਥੋੜ੍ਹੀ ਦੇਰ ਆ ਜ਼ਮੀਨ ਤੁਹਾਡੀ ਆ ਤੁਸੀਂ ਤਾਂ ਕੀ ਕਰਦੇ ਹੁੰਦੇ ਆ ਇੱਥੇ ਅਸੀਂ ਘਾਹ ਬੀਜਿਆ ਵਾ ਅੱਛਾ ਹੋਰ ਉਹ ਉੱਥੇ ਪਰੇ ਬੀਜੇ ਅਸੀਂ ਪੱਠੇ ਕੀ ਕਰਦੇ ਹੋ ਤੁਸੀਂ ਇੱਥੇ ਖੇਤੀਬਾੜੀ ਤੇ ਉਹ ਜਿਹੜਾ ਉਸ ਪਾਸੇ ਟਿਊਬਵੈਲ ਆ ਵੀ ਤੁਹਾਡਾ ਹੀ ਆ ਉਹ ਕੱਲ੍ਹ ਤੁਸੀਂ ਉੱਥੇ ਥੱਲੇ ਸੁੱਤੇ ਹੈ ਸੀ ਆ ਤੁਹਾਡੇ ਕੋਲ ਚਾਰ ਪਾਈ ਵੀ ਪਈ ਆ ਤੇ ਕੁਰਸੀ ਵੀ ਅੱਜ ਪਈ ਆ ਇੱਧਰ ਵੇਖੋ ਉੱਥੇ ਤੁਹਾਡੇ ਕੋਲ ਕੁਛ ਨਹੀਂ ਹੈ ਉਹ ਮਕਾਣਾ ਵੇਚ ਕੇ ਤੇ ਇੱਥੇ ਚਾਰ ਪਾਈ ਲੈ ਲਈ ਆ ਕੁਰਸੀ ਵੀ ਲੈ ਲਈ ਕਿੰਨੀ ਬੋੜੀ ਕਣਕ ਦੀ ਬੀਜੀਆਂ ਵੇਚੀਆਂ ਦੋ ਕਿਆ ਦੋ ਬਸ ਕੁਰਸੀ ਤੇ ਉਹ ਆਈ ਮੰਜੀ ਨਹੀਂ ਹਾਂ ਕੈਸੇ ਬੱਚੇ ਵੀ ਆ ਉਹਦਾ ਕੀ ਕੀਤਾ ਉਹਦਾ ਹੁਣ ਉੱਥੇ ਬੂਟੇ ਲਾ ਕੇ ਲਾਉਣੇ ਤੁਸੀਂ ਕੀ ਮਕਾਈ ਬੀਜੀ ਆ ਹਾਂਜੀ ਚਲੋ ਵੀ ਆਪਣੇ ਇਸ ਪੂਰੇ ਦਾ ਵਿਜ਼ਿਟ ਤੇ ਕਰਾਓ ਇਹ ਸਾਡੀ ਵੀਡੀਓ ਆ ਤੁਸੀਂ ਇਹਦੇ ਵਿੱਚ ਫੇਮਸ ਹੋ ਜਾਓਗੇ ਉੱਠੋ ਤੇ ਕਰਾਓ ਵਿਜ਼ਿਟ ਹਾਂਜੀ ਕੀ ਕਰਾਓਗੇ ਹਾਂਜੀ ਆ ਦੇਖੋ ਆ ਭਾਈਆਂ ਨੇ ਘਾਹ ਬੀਜਿਆ ਵਾ ਅੱਗੇ ਤੱਕ ਇੱਥੇ ਤੁਸੀਂ ਕੀ ਕਰਦੇ ਹੁੰਦੇ ਆ ਇੱਥੇ ਨਿਆਣੇ ਖੇਡਦੇ ਆ ਤੁਹਾਡੇ ਤੁਸੀਂ ਬਹਿੰਦੇ ਹੁੰਦੇ ਇੱਥੇ ਮਕਈ ਬੀਜੀ ਆ ਚਾ ਸਕਦੇ ਆ ਅਸੀਂ ਵਿਖਾਓ ਤੇ ਮਕਈ ਦਾ ਬੂਟਾ ਕੋਈ ਹਾਏ ਕੋਈ ਸਾਈਡ ਤੇ ਵੀ ਆ ਭਾਈ ਨੇ ਆ ਕੀ ਬੀਜੀ ਆ ਵਾਹ ਮਕਾਈ ਆ
मकई है। हाँ देखो भाई ने मकई भी दी है, मकई छलियां लगी हुई हैं। हाँ जी तो पहले लगी हुई है। चलो तो वो भी खाऊंगा सानू। हाँ जी यहाँ बूटा आड़ू। हाँ जी चलो जी ये आड़ू का बूटा वा इधर देखो यह कमांद कमांद। चलो जी आह की बीजिया जैतून जैतून का बूटा वा जैतून का तेल हों। हाँ जी चलो जी आह ये मेहंदी है। अच्छा ते आ किशे दा बूटा ए बताऊंगा दा बैंगन। हां जी ते आ बड़े सोने फूल लगे आ किशे दा केड़े फूल आ ए हकीकी आ हकीक। हां जी चलो जी भाई आगे चलदे हां ते आ सारा हुन कमांद बीजे आ इथे। हां जी ते आ भी भाइयां ने किकर बीजे आ इथे देखो ते आ अस किशा कने। हां जी छल्ली तुसी कहने सी लगी है किते पीछे लगी है अगे तक जमीन आ ए तुसी किन्ना दी लई सी। मैं 1.5 लाख दी लई सी। ए किन्नी आ ए 1.5 मरले आ। ए 1.5 मरला इन्ना सारा। हां जी चलो तेनू तुसी पानी किंदा लाउने आ ए ओथो नहर ही जो भर के नहर भी है नाल। हां जी चलो इत्थे तुसी भर के ला दिने आ। हां जी आ अज पानी लाया सी। हां जी चलो ते अब तुहानू मंजी वड्डी नहीं लभी बाजारा। नहीं क्यों वो कहंदे वड्डी तुहानू नहीं देनी तुसी वड्डी ते नहीं सौं सकदे। अच्छा तुसी दुनिया दी सारे नाल वड्डी जगह लो। नहीं कल तुसी थल्ले सुते सी रूड़ी ते कोई शैल लड़दी ते रूड़ी नहीं सुता सीगा। चलो जी बाय बाय कर दो। बाय बाय टाटा सी यू। हाँ तो गाई तुम वेखिया कि असं अज जरा पीटर से असं नहाने गए सी वह मालिक से वह मुलाकात की सारी जमीन वोदी है तो घर ने बीजी आ देखो थोड़ी पूछताछ कराई। चलिए इस ब्लॉग नू करते हैं एंड मिलते हैं अगले ब्लॉग च। गुड बाय।